31ਵਾਂ ਰੋਡ ਸੇਫਟੀ ਮੰਥ ਚੱਲ ਰਿਹਾ ਹੈਗਾ। 18 ਜਨਵਰੀ ਤੋਂ ਸ਼ੁਰੂ ਹੋਇਆ ਸੀ, ਇਹ 17 ਫਰਵਰੀ ਤੱਕ ਚੱਲਣਾ ਹੈਗਾ। ਸਾਰੀ ਦੁਨੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਵੀ ਇਹ ਟ੍ਰੈਫਿਕ ਮੰਥ ਮਨਾਇਆ ਜਾ ਰਿਹਾ। ਅੱਡ ਅੱਡ ਮਹਿਕਮੇ ਇਹਦੇ ਵਿੱਚ ਇਨਵੋਲਵ ਨੇ। ਇਹ ਮੰਥ ਇਸ ਕਰਕੇ ਮਨਾਇਆ ਜਾਂਦਾ ਕਿ ਐਕਸੀਡੈਂਟ ਨੂੰ ਘੱਟ ਕਰਿਆ ਜਾ ਸਕੇ। ਸਾਲ ਦੇ ਸ਼ੁਰੂ ਵਿੱਚ ਹੀ ਇਹ ਪਹਿਲਾਂ ਹਫ਼ਤਾ ਮਨਾਇਆ ਜਾਂਦਾ ਸੀ, ਹੁਣ ਇਹ ਮੰਥ ਰੱਖ ਦਿੱਤਾ ਹੈ। ਪਹਿਲਾਂ ਇਕੱਲੀ ਟ੍ਰੈਫਿਕ ਪੁਲਿਸ ਇਨਵੋਲਵ ਹੁੰਦੀ ਸੀ ਇਸ ਕੰਮ 'ਚ, ਹੁਣ ਸਾਰੇ ਮਹਿਕਮੇ, RTA ਹੋ ਗਿਆ ਅਤੇ ਆਪਣਾ PWD ਮਹਿਕਮਾ ਹੋ ਗਿਆ, ਹੋਰ ਵੀ ਕਈ ਮਹਿਕਮੇ ਰਲ ਕੇ ਹੁਣ ਇਹ ਟ੍ਰੈਫਿਕ ਦੇ ਨਿਯਮਾਂ ਨੂੰ ਲੋਕਾਂ ਨੂੰ ਜਾਣਕਾਰੀ ਦੇ ਰਹੇ ਨੇ, ਆਪਣੀ ਆਪਣੀ ਡਿਊਟੀ ਨਿਭਾ ਰਹੇ ਨੇ ਤਾਂ ਕਿ ਐਕਸੀਡੈਂਟ ਦੀ ਰੇਸ਼ੋ ਘਟਾਈ ਜਾ ਸਕੇ। ਅੱਜ ਇਸ ਲੜੀ ਵਿੱਚ, ਅੱਜ 20ਵਾਂ ਦਿਨ ਸੀਗਾ ਇਸ ਟ੍ਰੈਫਿਕ ਮੰਥ ਦਾ, ਇਸ ਲੜੀ ਵਿੱਚ ਅੱਜ ਹੈਲਮਟ ਰੈਲੀ ਕੱਢੀ ਗਈ ਹੈ, ਜੋ ਫੁਹਾਰਾ ਚੌਂਕ ਤੋਂ ਸ਼ੁਰੂ ਹੋ ਕੇ ਸ਼ੇਰਾਂ ਵਾਲੇ ਗੇਟ ਤੋਂ ਅਨਾਰਦਾਨੇ ਤੋਂ ਆਰੀਆ ਸਮਾਜ ਚੌਂਕ ਤੋਂ ਕੈਪੀਟਲ ਸਿਨੇਮਾ ਅਤੇ ਵਾਪਸ ਆ ਕੇ ਫੁਹਾਰਾ ਚੌਂਕ 'ਤੇ ਹੀ ਖਤਮ ਹੋਏਗੀ। ਇਹਦੇ ਨਾਲ ਲੋਕਾਂ ਵਿੱਚ ਮੈਸੇਜ ਆਏਗਾ ਵੀ ਵੱਧ ਤੋਂ ਵੱਧ ਹੈਲਮਟ ਪਾਓ ਅਤੇ ਆਪਣੀ ਜਾਨ ਬਚਾਓ। ਸਰ, ਇੱਕ ਆਪਣੇ ਮਹਿਕਮੇ ਵੱਲੋਂ ਇੱਕ ਮਾਰਸ਼ਲ ਰੱਖੇ ਗਏ ਨੇ ਜੀ, ਜਿਹੜੇ ਟ੍ਰੈਫਿਕ ਵਾਲਿਆਂ ਦੇ ਨਾਲ, ਇਹਨਾਂ ਦਾ ਸਮਾਂ ਵੀ ਜਿਵੇਂ 58 ਸਾਲ ਇੱਕ ਮੁਲਾਜ਼ਮ ਦਾ ਪੂਰਾ ਹੋ ਜਾਂਦਾ, ਇਹਨਾਂ ਦੀ ਉਮਰ ਉਸ ਤੋਂ ਵੀ ਉੱਪਰ ਹੈ ਜੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੱਲ੍ਹ ਨੂੰ ਇਹਨਾਂ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ? ਦੇਖੋ, ਇਹ ਫਿਰ ਇਹਨਾਂ ਨੂੰ ਮਤਲਬ ਵੀ ਚੇਂਜ ਰੀਨਿਊ ਕੀਤਾ ਜਾਵੇ ਜਾਂ ਤੁਹਾਡੇ ਵੱਲੋਂ ਨੋਟਿਸ ਭੇਜਿਆ ਜਾਵੇ, ਇਸ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸੋ। ਹਾਂ, ਇਹਦੇ ਬਾਰੇ ਵਿਚਾਰ ਕਰ ਲਾਂਗੇ। ਮੇਰੇ ਬੰਦੇ ਅਨੇਬਲ ਟੂ ਵਰਕ ਨੇ, ਕੰਮ ਕਰਨ ਦੇ ਯੋਗ ਨਹੀਂ, ਉਹਨਾਂ ਨੂੰ ਅਸੀਂ ਰੈਸਟ ਪੁਜੀਸ਼ਨ 'ਤੇ ਪਾ ਦਾਂਗੇ। ਜਿਹੜੇ ਬੰਦੇ ਫਿੱਟ ਨੇ, ਜਿਹੜੇ ਕੰਮ ਕਰਨ ਦੇ ਯੋਗ ਨੇ, ਉਹਨਾਂ ਤੋਂ ਅਸੀਂ ਜਿਹੜੀ ਸੋਸ਼ਲ ਸਰਵਿਸ ਆ ਉਹ ਮਾੜੀ ਮੋਟੀ ਲੈ ਲਵਾਂਗੇ ਉਹਨਾਂ ਤੋਂ। ਇਹ ਖੰਡਾ ਚੌਕ ਕੋਲ ਦੇਖਿਆ ਗਿਆ, ਬਹੁਤ ਟ੍ਰੈਫਿਕ ਹੁੰਦਾ ਹੈ ਉੱਥੇ, ਜਿਹੜਾ ਥਾਪਰ ਟਰੈਵਲਸ ਹੈ ਉਹਦੇ ਨਾਲ 5-7-8 ਹਮੇਸ਼ਾ ਖੜ੍ਹੇ ਰਹਿੰਦੇ ਆ, ਸਾਹਮਣੇ ਪੁਲਿਸ ਦੀ ਚੌਂਕੀ ਹੈ, ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ? ਉਹ ਦਰਅਸਲ ਨਾ ਉਹ ਸਟੋਪੇਜ ਬਣਿਆ ਹੋਇਆ ਹੈ, ਜਿਹੜੀ ਗੁਰਦੁਆਰਾ ਸਾਹਿਬ ਹੈਗਾ ਉੱਥੇ ਮੱਥਾ ਟੇਕਣ ਆਉਂਦੀ ਹੈ ਪਬਲਿਕ, ਅਤੇ ਉਹ ਇੱਕ ਅਨਔਥੋਰਾਈਜ਼ ਸਟੋਪੇਜ ਬਣਿਆ ਹੋਇਆ। ਕਈ ਵਾਰੀ ਵੀ ਆਟੋ ਵਾਲੇ ਨਾ ਉੱਥੇ ਸਟੋਪ ਕਰ ਲੈਂਦੇ ਨੇ, ਮੈਂ ਆਪਣੇ ਜਿਹੜੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੂੰ ਮੈਂ ਇਹ ਗਾਈਡ ਕਰ ਦਿੰਦਾ, ਉਹਨਾਂ ਨੂੰ ਡਾਇਰੈਕਸ਼ਨ ਦੇ ਦਿੰਦਾ ਮੈਂ, ਅੱਗੇ ਤੋਂ ਇੱਦਾਂ ਦਾ ਨਹੀਂ ਹੋਊਗਾ। ਇੱਕ ਸਰ, ਲੀਲਾ ਭਵਨ ਤੋਂ ਅਤੇ ਜਿਹੜਾ 22 ਨੰਬਰ ਫਾਟਕ ਕੋਲ ਹੈ, ਉੱਥੇ ਇੰਨਾ ਕੁ ਜਾਮ ਲੱਗਦਾ ਵੀ ਅਸੀਂ ਕੱਲ੍ਹ ਵੀ ਉੱਥੇ ਵੀਡੀਓ ਬਣਾਈ ਆ ਵੀ ਉੱਥੇ ਕੋਈ ਵੀ ਆਪਣਾ ਮੁਲਾਜ਼ਮ ਨਹੀਂ ਤੈਨਾਤ ਹੁੰਦਾ? ਨਹੀਂ, ਆਪਣਾ ਮੁਲਾਜ਼ਮ ਜਿਹੜਾ ਹੈਗਾ SSP ਸਾਹਿਬ ਦੀ ਕੋਠੀ ਦੇ ਮੂਹਰੇ ਬਿਲਕੁਲ ਜਿਹੜਾ ਚੌਂਕ ਬਣਦਾ ਹੈ ਉਹਦੇ ਵਿੱਚ ਤੈਨਾਤ ਹੈ। ਅਗਰ ਕੋਈ ਜਾਮ ਲੱਗਦਾ ਤੁਹਾਨੂੰ ਮੈਸੇਜ ਆ ਜਾਂਦਾ, ਸਾਡੇ ਜਿਹੜੇ ਸਿਟੀ ਬੰਦ ਦੇ ਸਬ ਇੰਸਪੈਕਟਰ ਨੇ ਜਗਰਾਜ ਸਿੰਘ, ਉਹਨਾਂ ਨੂੰ ਨਾਲ ਦੇ ਨਾਲ ਅਸੀਂ ਮੈਸੇਜ ਲਾ ਦਈਦਾ, ਅਤੇ ਉਹ ਲੋੜ ਪੈਣ 'ਤੇ SHO ਨੂੰ ਵੀ ਦੱਸ ਦਈਦਾ ਅਸੀਂ ਮਾਲਟਾਉਣ ਵਾਲੇ ਨੂੰ, ਉਹ ਜਾਮ ਅਸੀਂ ਖੁਲਾ ਦਿੰਦੇ ਹਾਂ। ਕਈ ਵਾਰੀ ਦੇਖੋ ਪਬਲਿਕ ਦਾ ਰਸਤਾ ਹੈਗਾ, ਵਹੀਕਲ ਬਹੁਤ ਜ਼ਿਆਦਾ ਹੋਣ ਕਰਕੇ ਜਾਮ ਕਿਤੇ ਨਾ ਕਿਤੇ ਲੱਗਿਆ ਹੀ ਰਹਿੰਦਾ ਹੈ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।